ਸਾਂਝਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਾਬਦ ਸਾਂਝ ਵੱਲੋਂ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਹੁਣ ਕਿ ਆਉਣੇ ਦਿਨਾਂ ਵਿੱਚ ਵੀ ਤੁਹਾਡੇ ਵਧੀਆ ਵਧੀਆ ਇੰਟਰਵਿਊ ਜਾਣਕਾਰੀ ਭਰਪੂਰ ਅੰ ਇੰਟਰਵਿਊ ਲੈ ਕੇ ਆ ਕਰੀਏ ਜਿਸ ਵਿੱਚ ਤੁਸੀਂ ਘਰਾਂ ਵਿੱਚ ਬੈਠੇ ਹੋ ਤੇ ਤੁਸੀਂ ਸਾਡੇ ਵਧੀਆ ਵਧੀਆ ਪ੍ਰੋਗਰਾਮ ਦੇਖ ਸਕੋ ਸਾਂਝਾ ਪੰਜਾਬ ਜਿੱਥੇ ਆਈ ਪੀ ਟੀਵੀ ਦੇ ਤੁਸੀਂ 24 ਘੰਟੇ ਦੇਖਦੇ ਹੋ ਵਿਜਨ ਟੀਵੀ ਤੇ ਹਰੇਕ ਸੈਚਰਡੇ ਸ਼ਾਮ ਨੂੰ 8 ਤੋਂ ਲੈ ਕੇ 8:30 ਵਜੇ ਤੱਕ ਅੱਧੇ ਘੰਟੇ ਦਾ ਪ੍ਰੋਗਰਾਮ ਆਉਂਦਾ ਹੈ ਉਹ ਵੀ ਜਰੂਰ ਦੇਖਿਆ ਕਰੋ ਇਸ ਨਾਲ ਨਾਲ ਡੈਕਸੀ ਗੁਦਰਾ ਸਾਹਿਬ ਸਵੇਰੇ 5 ਤੋਂ ਲੈ ਕੇ 9 ਵਜੇ ਤੱਕ ਸ਼ਾਮ ਨੂੰ 5 ਤੋਂ ਲੈ ਕੇ 9 ਵਜੇ ਤੱਕ ਕਿਸੇ ਵੀ ਜਾਣਕਾਰੀ ਵਾਸਤੇ ਮੇਰਾ ਪਰਸਨਲ ਨੰਬਰ ਹੈ 4164197777 ਤੇ ਅੱਜ ਅਸੀਂ ਫੇਰ ਰਿਕਵਰੀ ਗੱਲਬਾਤ ਕਰਨ ਜਾ ਰਹੇ ਹਾਂ ਤੇਜ਼ ਟਰੱਕ ਲون ਲਈ ਜਦ ਤੋਂ ਸardar Parmjit Singh ਜੋ ਕਿ ਸਾਂਝਾ ਪੰਜਾਬ ਦਾ ਮੇਸੇ ਸਾਧਨ ਪਰਮਜੀਤ ਜੀ ਸਭ ਤੋਂ ਪਹਿਲਾਂ ਜੀ ਅਨੁਸਾਸਿਕ ਸਤਿ ਸ੍ਰੀ ਅਕਾਲ ਬਾਬਾ ਸਾਹਿਬ ਔਰ ਸਾਂਝਾ ਪੰਜਾਬ ਦੇ ਸਾਰੇ ਹੀ ਦੇਖਣ ਵਾਲਿਆਂ ਨੂੰ ਪਰਮਜੀਤ ਵੱਲੋਂ ਸਤਿ ਸ੍ਰੀ ਅਕਾਲ ਜੀ ਛੁੱਟੀਆਂ ਦਿਨਾਂ ਦੇ ਵਿੱਚ ਛੁੱਟੀਆਂ ਲੈ ਲਈਏ ਚਾਹੇ ਚਲੋ ਕਿਉਂਕਿ ਲੱਗਦਾ ਹੀ ਨਹੀਂ ਕਿ ਆਪਾਂ ਇਸ ਜਿਹੜਾ ਕੋਵਿਡ 19 ਹੈ ਭਈ ਇੱਕਦਮ ਆ ਕੇ ਘੇਰਾ ਪਾਏਗਾ ਜਨਵਰੀ ਜਦੋਂ ਸ਼ੁਰੂਆਤ ਹੋਈ ਸੋਚਿਆ ਨਹੀਂ ਸੀ 2020 ਜੀ ਇਸ ਤਰ੍ਹਾਂ ਆਏਗਾ ਪਰ ਹੋਣਾ ਉਹੀ ਹੈ ਜੋ ਉਸ ਦਾ ਹੁਕਮ ਹੈ ਜੀ ਬਿਲਕੁਲ ਪਰ ਇਹੋ ਜਿਹੜਾ ਜਿਹੜਾ ਕੋਵਿਡ 19 ਹੈ ਉਦੇ ਬਾਰੇ ਤੁਸੀਂ ਕੁਝ ਗੱਲਾਂ ਕੀ ਕਹਿਣਾ ਚਾਹੁੰਦੇ ਉਸ ਤੋਂ ਬਾਅਦ ਜਿਹੜੇ ਪੈਸੇ ਤੇਰੀ ਗੱਲ ਆ ਪਤਾ ਬਾਅਦ ਚ ਕਰਦੇ ਬਿਲਕੁਲ ਜੀ ਕੋਵਿਡ 19 ਆਪਾਂ ਸਾਰਿਆਂ ਨੂੰ ਪਤਾ ਜਦੋਂ ਤੁਸੀਂ ਛੁੱਟੀਆਂ ਕਿਹਾ ਆਪਾਂ ਇਹਨੂੰ ਇੱਕ ਰੱਬੀ ਛੁੱਟੀਆਂ ਕਹਿੰਦੇ ਛੁੱਟੀਆਂ ਕਿਹਾ ਹੋ ਗਿਆ ਕਿਉਂਕਿ ਹੁਣ ਪਤਾ ਵੀ ਲੱਗਦਾ ਕਿ ਅੱਜ ਕਿਹੜਾ ਦਿਨ ਹੈ ਅੱਜ ਕਿਹੜਾ ਦਿਨ ਹੈ ਨਾ ਟਾਈਮ ਦਾ ਕੋਈ ਖਾਸ ਪਤਾ ਲੱਗਦਾ ਚਲੋ ਇਹ ਜ਼ਰੂਰੀ ਵੀ ਸੀ ਮੇਰੇ ਹਿਸਾਬ ਨਾਲ ਥੋੜਾ ਚਾਹੀਦਾ ਸੀ ਪਰ ਇਹਨਾਂ ਦਾ ਚਲੋ ਹੁਣ ਵੱਧ ਗਿਆ ਥੋੜਾ ਜੇ ਹੁਣ ਵੱਡੀ ਪ੍ਰੋਬਲਮ ਪਤਾ ਕੀ ਹੈ ਜੇ ਤਾਂ ਕੁਝ ਚੰਗਾ ਕੀਤਾ ਉਦੋਂ ਜੀ ਬਾਬ ਨੇ ਕੀਤਾ ਪਰਮਜੀਤ ਨੇ ਕੀਤਾ ਪਰ ਜਦੋਂ ਕੋਈ ਮਾੜਾ ਹੋ ਜਾਂਦੀ ਹੈ ਤੇ ਫਿਰ ਸਾਰੇ ਦਾ ਸਾਰਾ ਬਲੇਮ ਰੱਬ ਨੂੰ ਜਾਂਦਾ ਰੱਬ ਆਕ ਹੀ ਕਰ ਦਿੱਤਾ ਕੁਦਰਤ ਨਾਰਾਜ਼ ਹੋ ਗਈ ਰੱਬ ਨਾਰਾਜ਼ ਹੋ ਗਿਆ ਰੱਬ ਬਹੁਤ ਗੁੱਸੇ ਆ ਸਾਡੇ ਦੇ ਉੱਤੇ ਮੈਂ ਤਾਂ ਹਮੇਸ਼ਾ ਕਹਿਣਾ ਹੁੰਦਾ ਜੇ ਬੱਚੇ ਨੂੰ ਪਿਓ ਡਾਂਟ ਵੀ ਲੈਂਦਾ ਨਾ ਤੇ ਮਾਂ ਡਾਂਟ ਵੀ ਲੈਂਦੀ ਆ ਤਾਂ ਉਹਨਾਂ ਦੇ ਅੰਦਰ ਵੀ ਚੈਨ ਨਹੀਂ ਪੈਂਦੀ ਉਹ ਬਾਰ ਬਾਰ ਪੁੱਛਣਗੇ ਰੋਟੀ ਖਾ ਲਿਆ ਪੁੱਤ ਪਾਣੀ ਪੀ ਲਿਆ ਪੁੱਤ ਉਹ ਕਦੀ ਵੀ ਭੁੱਖੇ ਸੌਣ ਨਹੀਂ ਦਿੰਦੇ ਜੇ ਆਪਣੇ ਬੱਚੇ ਨੂੰ ਮਾਰਦਾ ਨਹੀਂ ਇਹ ਹੁੰਦਾ ਕੀ ਹੈ ਧਰਤੀ ਗੋਲ ਹੈ ਜੋ ਪਿੱਛੇ ਛੱਡ ਕੇ ਆਵਾਂਗੇ ਵਾਪਸ ਅੱਗੇ ਆਉਣਾ ਜਰੂਰ ਅੱਗੇ ਆਉਣਾ ਜਰੂਰ ਆਏਗਾ ਆਉਂਦਾ ਆਉਂਦਾ ਠੀਕ ਹੈ ਜੀ ਜੇ ਗਿਵਨ ਟੇਕ ਅਗਰ ਤੁਸੀਂ ਬੀਜੇ ਹੀ ਉਹਦੇ ਤੁਸੀਂ ਕੰਡੇ ਨੇ ਤੇ ਫਿਰ ਉੱਥੇ ਗੰਨਿਆਂ ਦੀ ਫਸਲ ਤਾਂ ਵਾਪਸ ਵਗਣੀ ਬਹੁਤ ਔਖੀ ਆ ਕਿਉਂਕਿ ਅਸੀਂ ਕੁਦਰਤ ਦੇ ਨਾਲ ਖਿਲਵਾੜ ਹੀ ਇੰਨਾ ਕਰਤਾ ਸੀ ਤੇ ਹਰ ਇੱਕ ਬੰਦਾ ਆਪੋ ਆਪਣੇ ਹਿਸਾਬ ਦੇ ਨਾਲ ਚੱਲਦਾ ਸੀ ਕਿ ਮੈਂ ਹੀ ਸਾਰਾ ਕੁਝ ਜੀ ਬਟ ਹੁਣ ਦੇਖੋ ਕਈ ਵਾਰੀ ਹੁੰਦਾ ਕਿ ਇੱਕ ਸ਼ਹਿਰ ਚ ਐ ਇੱਕ ਕੰਟਰੀ ਚ ਐ ਕੋਈ ਵਾਇਰਸ ਐ ਉੱਥੇ ਮਹਾਮਾਰੀ ਹੋ ਗਈ ਜੀ ਬਟ ਇਹ ਸਾਰੀ ਦੁਨੀਆ ਚ ਬਿਲਕੁਲ ਸਾਰੀ ਦੁਨੀਆ ਦੇ ਵਿੱਚ ਔਰ ਔਰ ਦੇਖੋ ਮੈਂ ਕਹਿੰਨਾ ਇਹ ਬਹੁਤ ਮੰਦਭਾਗੀ ਗੱਲ ਆ ਬਟ ਇਹਦੇ ਵਿੱਚ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਦੇਖ ਲਓ ਜਿਹੜੀ ਮੰਦਭਾਗੀ ਗੱਲ ਜਿਹੜੀ ਮੈਨੂੰ ਲੱਗਦੀ ਨਾ ਵੀ ਜਿਹੜਾ ਸੈਡ ਪਾਰਟ ਆ ਇਹਦੇ ਹਰੇਕ ਕੋਈ ਬੰਦਾ ਇਸ ਚੀਜ਼ ਦਾ ਲਾਹਾ ਚੱਕਦਾ ਹਮ ਇੱਕ ਕਿਸੇ ਨੂੰ ਤੁਸੀਂ ਰੋਟੀ ਵੀ ਫੜਾ ਕੇ ਆਪਣੀ ਨਾਲ ਫੋਟੋ ਖਿਚਾ ਕੇ ਇਸ ਤਰ੍ਹਾਂ ਘਮਾ ਰਹੇ ਹੋ ਤੁਸੀਂ ਚਾਰ ਸਫੇਰੇ ਵੀ ਜਿੱਦਾਂ ਮੇਰੇ ਤੋਂ ਵੱਡਾ ਤਾਂ ਦਾਨੀ ਕੋਈ ਨਹੀਂ ਦਾਨੀ ਕੋਈ ਇਹ ਗਲਤ ਹੋ ਗਿਆ ਠੀਕ ਹੈ ਜੀ ਕੋਈ ਵੀ ਕੋਈ ਵੀ ਸੰਸਥਾ ਹੈ ਕੋਈ ਵੀ ਹਰੇਕ ਬੰਦਾ ਇਸ ਚੀਜ਼ ਦਾ ਲਾਹਾ ਖਟ ਰਿਹਾ ਜੇ ਕੋਈ ਦਾਨ ਕਰਨਾ ਸੱਜੇ ਹੱਥ ਨਾ ਕਰੋ ਖੱਬੇ ਨੂੰ ਤਾਂ ਪਤਾ ਵੀ ਨਾ ਲੱਗੇ ਕਿ ਕੀ ਕਰ ਗਿਆ ਤੁਸੀਂ ਪਰ ਉਹ ਦੇਖਦਾ ਹਾਂਜੀ ਉਹ ਦੇਖਦਾ ਠੀਕ ਹੈ ਉਹ ਸਾਫ ਸਾਰਿਆਂ ਦਾ ਰੱਖਦਾ ਪਿਆ ਉਹੀ ਮੈਂ ਕਹਿੰਦਾ ਵੀ ਜੇ ਕਿਸੇ ਦੇ ਘਰ ਚ ਰਾਸ਼ਨ ਦੀ ਕਮੀ ਆ ਜਾਂ ਕਿਸੇ ਚੀਜ਼ ਦੀ ਕਮੀ ਆ ਉਹਦਾ ਮਜ਼ਾਕ ਨਾ ਉਡਾਈਏ ਇੱਕ ਮਜ਼ਾਕ ਹੀ ਹੈ ਵਾਪਸ ਸਭ ਬੰਦੇ ਨੂੰ ਲੋਕੀ ਹਾਂ ਸੋਚਣ ਲੱਗ ਪਏ ਸੀ ਇਹ ਕਿ ਬਹੁਤ ਸਾਰੇ ਲੋਕ ਕਈ ਵਾਰ ਮੈਨੂੰ ਕਾਲ ਆਉਂਦੀ ਹੈ ਕਹਿੰਦੇ ਭਾਜੀ ਅਸੀਂ ਇੱਥੇ ਖਾਣਾ ਲੈਣ ਨਹੀਂ ਜਾ ਸਕਦੇ ਜੀ ਤੇ ਸਾਡੇ ਘਰ ਜੇ ਕੋਈ ਦੇ ਜਾਏ ਗਰੋਸਰੀ ਆ ਕੇ ਕਿਉਂਕਿ ਹੁੰਦਾ ਵੀ ਹੈਗਾ ਜੇ ਬੰਦਾ ਨਾਮ ਆਇਆ ਚਾਹੇ ਪੁਰਾਣਾ ਕੋਈ ਵੀ ਹੈ ਕੋਈ ਵੀ ਸਮਾਂ ਕੋਈ ਸਾਰੇ ਆਪਾਂ ਖਾਲੀ ਹਾਥ ਆਏ ਜੀ ਕਿਹੋ ਜਿਹਾ ਸਮਾਂ ਕੱਲ ਨੂੰ ਕਿਸੇ ਤੇ ਵੀ ਆ ਸਕਦਾ ਕੋਈ ਪਤਾ ਨਹੀਂ ਬਿਲਕੁਲ ਜੀ ਤਾਂ ਫਿਰ ਉਹ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਹੋਇਆ ਸੀ ਪਰ ਹੁਣ ਠੀਕ ਹੈ ਬੜਾ ਫੇਰ ਵੀ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਆਮ ਫੋਟੋਆਂ ਦੇਖਦੇ ਆ ਕਿ ਕੁਝ ਇੱਕ ਬੈਗ ਰੋਟੀ ਦਾ ਦੇ ਕੇ ਉਹਨਾਂ ਨੂੰ ਉਹ ਫੋਟੋਆਂ ਪਾਉਣੀਆਂ ਮੈਂ ਕਹਿੰਦਾ ਉਹ ਤੋਂ ਜ਼ਿਆਦਾ ਵੱਧ ਵੇਚੀ ਤੁਸੀਂ ਢਿੱਡ ਭੁੱਖਾ ਕਿਸੇ ਦਾ ਉਹਨੂੰ ਰੋਟੀ ਦਿੰਦੇ ਆ ਉਹਦਾ ਢਿੱਡ ਵੀ ਨੰਗਾ ਕਰਦੇ ਆ ਜੀ ਬਿਲਕੁਲ ਜੀ ਔਰ ਔਰ ਦੇਖੋ ਜਦੋਂ ਨਵਾਂ ਨਵਾਂ ਆਇਆ ਸੀ ਨਾ ਉਦੋਂ ਬੜਾ ਪੈਨਿਕ ਸੀਗਾ ਕ੍ਰੀਏਟ ਹੋਇਆ ਹੁਣ ਤੱਕ ਮੈਚੂਰ ਹੋ ਗਿਆ ਜੇ ਤਾਂ ਬੱਚਾ ਨਹੀਂ ਵੱਡਾ ਹੋ ਜਾਂਦਾ ਠੀਕ ਹੈ ਜੀ ਹੁਣ ਕੋਈ ਏਡਾ ਕੋਈ ਲਾਖ ਖਾਸ ਲੋਕਾਂ ਨੂੰ ਫਰਕ ਪੈ ਵੀ ਨਹੀਂ ਰਿਹਾ ਕਿਉਂਕਿ ਜਦ ਵੀਕਐਂਡ ਤੇ ਵੈਦਰ ਬਹੁਤ ਵਧੀਆ ਸੀ ਮੈਂ ਕਹਿੰਦਾ ਪਟ ਹਰਾਨੀ ਵਾਲੀ ਗੱਲ ਇਹ ਸੀ ਦੂਰੋਂ ਬੰਦੇ ਨੂੰ ਆਉਂਦਾ ਦੇਖ ਕੇ ਬਸ ਏਦਾਂ ਸਾਈਡ ਬਦਲੀ ਜਾਂਦੀ ਜਿਦਾ ਬਚ ਗਏ ਕੋਈ ਨਾ ਕੋਈ ਨੁਕਸਾਨ ਕਰਕੇ ਜਾਏਗਾ ਸਾਡਾ ਨਿਆਗਰਾ ਫਾਲ ਲੋਕਾਂ ਨੂੰ ਪਾਰਕਿੰਗ ਨਹੀਂ ਮਿਲਦੀ ਉਸ ਦਿਨ ਜੀ ਦੇਖੋ ਕਿੰਨੇ ਲੋਕ ਉੱਥੇ ਉਸ ਦਿਨ ਮੌਸਮ ਵਧੀਆ ਹੋਣ ਕਰਕੇ ਗਏ ਲੋਕਾਂ ਨੂੰ ਗੱਡੀ ਲਾਉਣ ਨੂੰ ਜਿਆਦਾ ਹੈ ਨਹੀਂ ਸੀ ਜੀ ਬਿਲਕੁਲ ਏਦਾਂ ਹੀ ਸੀਗਾ ਜੀ ਹਾਂਜੀ ਬਟ 1.5 ਮਹੀਨੇ ਤੱਕ ਤੇ ਹੋਗੇ ਜੀ ਬਿਲਕੁਲ ਜੀ ਲੋਕੀ ਘਰਾਂ 'ਚ ਬੈਠੇ ਨੇ ਜੀ ਬਿਲਕੁਲ ਤੇ ਪਲੱਸ ਇਨਕਮ ਦੇ ਸੋਰਸ ਨਹੀਂ ਹੈਗੇ ਜੀ ਬਿਲਕੁਲ ਜੀ ਡਿਪਰੈਸ਼ਨ 'ਚ ਲੋਕ ਜਾ ਰਹੇ ਜੀ ਬਿਲਕੁਲ ਜੀ ਕਈ ਵਾਰੀ ਹੁੰਦਾ ਕਿ ਇਹ ਕਿ ਬੰਦੇ ਨੂੰ ਆਸ ਕਿਸੇ ਪਾਸੇਉ ਨਹੀਂ ਹੁੰਦੀ ਕਿਉਂਕਿ ਰਿਸ਼ਤੇਦਾਰ ਜਾਰਦੋ ਸਾਰਿਆਂ ਦੇ ਆਪੋ ਆਪਣੇ ਖਰਚੇ ਨੇ ਕੋਈ ਕਿਸੇ ਦੀ ਮਦਦ ਨਹੀਂ ਕਰ ਸਕਦਾ ਜੀ ਬਿਲਕੁਲ ਕੋਈ ਵਿਅਕਤੀ ਇਸ ਟਾਈਮ ਜੌਬ ਨਹੀਂ ਹੈ ਬਿਜ਼ਨਸ ਵੀ ਉਹਨਾਂ ਦਾ ਸਲੋ ਹੋ ਗਿਆ ਜੀ ਬਟ ਉਹਨਾਂ ਲੋਕਾਂ ਨੂੰ ਥੋੜੇ ਵਾਲੇ ਪੈਸੇ ਦੀ ਲੋੜ ਪੈਂਦੀ ਹੈ ਜੀ ਬਿਲਕੁਲ 25 30 40000 ਰੁਪਏ ਚਾਹੇ ਗਵਰਨਮੈਂਟ ਥੋੜੀ ਬੜੀ ਹੈਲਪ ਕਰ ਰਹੀ ਹੈ ਜੀ ਬਿਲਕੁਲ ਬਟ ਸਟਿਲ ਉਹਨਾਂ ਦੇ ਘਰ ਦਾ ਖਰਚੇ ਨੇ ਆ ਕਾਰਾਂ ਦੇ ਖਰਚੇ ਨੇ ਇੰਸ਼ੋਰੈਂਸ ਹੈ ਜੀ ਕਿਸੇ ਨੂੰ ਰਾਈਟਵੇ ਫੰਡ ਚਾਹੀਦੇ ਨੇ ਜੀ ਬਿਲਕੁਲ ਉਹਨਾਂ ਲੋਕਾਂ ਦੀ ਫੇਰ ਤੁਸੀਂ ਕਿੱਦਾਂ ਮਤ ਕਰਦੇ ਬਿਲਕੁਲ ਬਾਬਾ ਸਾਹਿਬ ਮੈਂ ਹਮੇਸ਼ਾ ਕਹਿੰਦਾ ਹੁਣ ਅਗਰ ਤੁਹਾਨੂੰ ਅਰਜੈਂਟ ਪੈਸਿਆਂ ਦੀ ਕਿਸੇ ਨੂੰ ਲੋੜ ਪੈ ਗਈ ਹੈ ਤਾਂ ਡੈਫੀਨੇਟਲੀ ਅਗਰ ਤੁਹਾਡੇ ਕੋਲ ਘਰ ਹੈ ਘਰ ਦੇ ਵਿੱਚ ਇਕਵਿਟੀ ਹੈ ਜਾਂ ਨਹੀਂ ਹੈ ਘਰ ਇੱਕ ਬਹੁਤ ਵਧੀਆ ਸੋਰਸ ਹੁੰਦਾ ਸਾਡੇ ਲਈ ਜੀ ਉਹਨੂੰ ਰੀਫਾਈਨਾਂਸ ਕਰਵਾ ਲਈਏ ਜਾਂ ਉੱਤੇ ਸੈਕੰਡ ਮਾਰਗੇਜ ਚੱਕ ਲਈਏ ਜਾਂ ਤੇ ਆਪਾਂ ਲਾਈਨ ਆਫ ਕ੍ਰੈਡ ਬਣਾ ਲਈਏ ਜਾਂ ਫਿਰ ਜਿਹੜੇ ਬਿਜ਼ਨਸਮੈਨ ਟਰਾਂਸਪੋਰਟ ਦੇ ਨਾਲ ਬਾਬਸਤਾ ਨੇ ਉਹਨਾਂ ਦੇ ਕੋਲ ਟਰੇਲਰ ਹੁੰਦੇ ਨੇ ਪੇਡ ਆਫ ਟਰੱਕ ਹੁੰਦੇ ਨੇ ਪੇਡ ਆਫ ਉਹ ਉਹਨਾਂ ਨੂੰ ਰੀਫਾਈਨਾਂਸ ਕਰਵਾ ਲੈਂਦੇ ਨੇ ਪਰ ਇਹਨਾਂ ਦਿਨਾਂ ਦੇ ਡੀਲਸ ਬਾਹਰੋਂ ਖਰਾਬ ਹੋ ਕੇ ਖੱਜਲ ਖਰਾਬ ਹੋ ਕੇ ਮੇਰੇ ਕੋਲ ਬਹੁਤ ਆਇਆ ਕੰਮ ਮੈਂ ਝੂਠ ਨਹੀਂ ਬੋਲਣਾ ਐਵੇਂ ਟੀਵੀ ਦੇ ਉੱਤੇ ਬਹਿ ਕੇ ਮੈਂ ਕਹਾਂ ਸਾਰੋਂ ਦਾ ਵਧੀਆ ਕੰਮ ਕਰਨ ਵਾਲਾ ਬੰਦਾ ਮੈਂ ਇਹ ਵੀ ਗੱਲ ਝੂਠੀ ਹੋਇਆ ਕਿ ਕਸੂਰੇ ਦੇ ਵਿੱਚ ਕਿਸੇ ਦਾ ਕੋਈ ਨਹੀਂ ਹੁਣ ਬੈਂਕਸ ਦੇ ਕੋਲ ਡੀਲ ਗਈ ਸੀ ਪਹਿਲਾਂ ਬੈਂਕ ਕਹਿੰਦੇ ਸੀ ਸਾਨੂੰ 20% ਇਕਵਿਟੀ ਚਾਹੀਦੀ ਆ ਉਹਨੂੰ ਕੋਵਿਡ 19 ਕਰਕੇ ਕਹਿੰਦੇ ਅਸੀਂ ਘੜ ਦੇ ਵਿੱਚ ਘੱਟੋ ਘੱਟ 25% ਜਾਂ 30% ਇਕਵਿਟੀ ਰੱਖਾਂਗੇ ਤੇ ਬਾਅਦ ਦੇ ਵਿੱਚ ਜਿਹੜੇ ਬਾਕੀ ਦੇ ਪੈਸੇ ਨੂੰ ਤੁਹਾਨੂੰ ਦੇ ਦੇਵਾਂਗੇ ਉਹ ਹੁਣ ਕਲਾਇੰਟ ਕਹਿੰਦਾ ਸਾਨੂੰ ਯਾਰ ਮਹੀਨਾ ਹੋ ਗਿਆ ਤੇਰੇ ਕੋਲ ਫਾਈਲ ਨੂੰ ਤੂੰ ਸਾਨੂੰ ਠੀਕ ਹੈ ਜੀ ਇਹ ਗੱਲ ਪਹਿਲਾਂ ਦੱਸਣੀ ਚਾਹੀਦੀ ਸੀ ਮਹੀਨਾ ਪਹਿਲਾਂ ਹਾਲਾਤ ਹੋਰ ਸੀ ਅੱਜ ਹੋਰ ਅੱਜ ਹੋਰ ਨੇ ਠੀਕ ਹੈ ਔਰ ਜਦੋਂ ਕਲਾਇੰਟ ਮੇਰੇ ਕੋਲ ਆਉਂਦੇ ਨੇ ਕਹਿੰਦੇ ਯਾਰ ਉਹ ਤਾਂ ਆਪਣੇ ਆਪ ਨੂੰ ਕਹਿੰਦਾ ਸੀ ਅਸੀਂ بڑے ਵੱਡੇ ਸ਼ਿਕਾਰੀ ਆ ਜੀ ਪਰ ਸਾਰੀ ਫਲਾਨਾ ਕਰ ਦਾਂਗੇ ਟਿੰਕਾ ਕਰ ਦਾਂਗੇ ਪਰ ਕੰਮ ਤਾਂ ਕਿਸੇ ਦੇ ਕੋਲੋਂ ਹੋਇਆ ਨਹੀਂ ਬੱਡ ਮੈਂ ਜਦੋਂ ਫਿਰ ਉਹਨਾਂ ਨੇ ਸ਼ਿਕਾਰੀ ਕਿਹਾ ਨਾ ਮੇਰਾ ਦਿਮਾਗ ਫਿਰ ਘੁੰਮਣ ਲੱਗ ਜਾਂਦਾ ਥੋੜਾ ਜਿਹਾ ਮੈਂ ਕਹਿੰਦਾ ਉਹਨਾਂ ਸ਼ਿਕਾਰੀ ਆਪਾਂ ਕਹਿੰਨੇ ਕਿਹਨੂੰ ਆ ਸਭ ਤੋਂ ਪਹਿਲਾਂ ਮੈਂ ਕਹਾਂ ਸ਼ਿਕਾਰੀ ਤੁਹਾਡੇ ਲਈ ਮੈਂ ਕਲੀਅਰ ਕਰ ਦਵਾਂ ਸ਼ਿਕਾਰੀ ਕਿਹਨੂੰ ਕਹਿੰਦੇ ਆ ਸ਼ਿਕਾਰੀ ਕੋਈ ਏਡੀ ਕੋਈ ਇਮਾਨਦਾਰੀ ਵਾਲੀ ਪੋਸਟ ਨਹੀਂ ਹੈ ਜੀ ਸ਼ਿਕਾਰੀ ਤਾਂ ਇੱਕ ਬੇਈਮਾਨੀ ਵਾਲੀ ਪੋਸਟ ਹੈ ਦੈਟਸ ਰਾਈ ਇਮਾਨਦਾਰੀ ਨਾਲ ਕਦੀ ਸ਼ਿਕਾਰ ਹੁੰਦਾ ਕਦੀ ਵੀ ਨਹੀਂ ਹੁੰਦਾ ਕਦੀ ਵੀ ਨਹੀਂ ਹੁੰਦਾ ਇਹ ਤਾਂ ਜਦੋਂ ਸ਼ਿਕਾਰ ਕਰਨਾ ਬੱਕਰੀ ਨੂੰ ਬੰਨ ਕੇ ਖੁੰਡੇ ਦੇ ਨਾਲ ਆਪ ਲੋਕੇ ਬੈਠਣਾ ਪੈਂਦਾ ਬੰਦੂਕ ਲੈ ਕੇ ਤਾਂ ਜਾਂ ਫਿਰ ਤੀਰ ਕਮਾਨ ਲੈ ਕੇ ਵੀ ਜੇ ਸ਼ੇਰ ਆਊਗਾ ਤਾਂ ਉਹਦੇ ਉਹਦੇ ਮਾਰਾਂਗੇ ਦੈਟਸ ਰਾਈ ਠੀਕ ਹੈ ਇਹਨੂੰ ਕਹਿੰਦੇ ਸ਼ਿਕਾਰੀ ਸ਼ିକਾਰੀ ਤਾਂ ਬੇਈਮਾਨੀ ਦਾ ਸੌਦਾ ਹੈ ਜਿਹੜਾ ਆਮਣੋ ਸਾਹਮਣੇ ਹੁੰਦਾ ਆਮਣੋ ਸਾਹਮਣੇ ਤਾਂ ਜੰਗ ਹੁੰਦੀ ਪਾਪ ਸਭ ਸ਼ਿਕਾਰ ਨਹੀਂ ਹੁੰਦੇ ਆਮਣੋ ਸਾਹਮਣੇ ਹੋ ਕੇ ਇਸ ਕਰਕੇ ਮੈਂ ਹਮੇਸ਼ਾ ਕਹਿੰਦਾ ਸ਼ਿਕਾਰੀਆਂ ਤੋਂ ਬਚਿਆ ਕਰੋ ਕਿਉਂਕਿ ਲੋਕ ਕੋਈ ਜਵਾਬ ਕੋਈ ਨਹੀਂ ਦਿੰਦਾ ਜੀ ਹਰ ਇੱਕ ਵਿਅਕਤੀ ਕਹਿੰਦਾ ਕਿ ਠੀਕ ਹੈ ਪਾਜੀ ਜੀ ਬਿਲਕੁਲ ਆ ਹੋ ਜਾਏਗਾ ਕਾ ਬਿਲਕੁਲ ਜੀ ਤੇ ਕਈ ਵਾਰੀ ਕੀ ਹੁੰਦਾ ਕਿ ਬਹੁਤ ਸਾਰੇ ਆਫਿਸਿਸ ਵਾਲੇ ਤੁਹਾਡੇ ਤੁਹਾਡੇ ਫੀਲਡ ਦੇ ਬਹੁਤ ਸਾਰੇ ਲੋਕ ਜੀ ਬਿਲਕੁਲ ਉਹ ਵੀ ਕਰਦੇ ਆ ਤੁਹਾਡੇ ਕੋਲੋਂ ਫਾਈਲ ਲੈ ਕੇ ਜੀ ਆਪ ਨਹੀਂ ਫਾਈਲ ਲੈ ਲੈਣੀ ਤੇ ਅੱਗੇ ਭੇਜ ਦੇਣੀ ਬਿਲਕੁਲ ਜੀ ਕਿ ਤੁਸੀਂ ਵੀ ਇਦਾਂ ਹੀ ਕਰਦੇ ਹੋ ਕਿ ਤੁਸੀਂ ਆਫਿਸ ਵਿੱਚ ਬੰਦਾ ਬੁਲਾ ਲਿਆ ਫਾਈਲ ਪੇਪਰ ਵਰਕ ਲੈ ਲਿਆ ਫਾਈਲ ਤੇ ਆਇਆ ਤੇ ਕਿਸੇ ਹੋਰ ਨੂੰ ਅੱਗੇ ਭੇਜ ਦਿੱਤੀ ਬਸ ਵੱਡੀ ਗੱਲ ਤਾਂ ਇਹ ਵੀ ਅੱਗੇ ਭੇਜਾਂਗੇ ਕਿ ਇਹਨੂੰ ਤੁਹਾਡੇ ਦਰਮਿਆਨ ਤੇ ਮੇਰੇ ਦਰਮਿਆਨ ਸਿਰਫ ਸੈਂਟਰ ਦੇ ਵਿੱਚ ਬੈਂਕ ਆ ਨੋਬਾਡੀ ਓਕੇ ਦੱਸ ਤਿਸਰਾ ਬੰਦਾ ਕੋਈ ਨਹੀਂ ਕਾਜ਼ਾ ਬਹੁਤ ਸਾਰੇ ਲੋਕਾਂ ਨਾਲ ਹੁੰਦੀ ਹੈ ਜੀ ਬਿਲਕੁਲ ਔਰ ਬਿਲਕੁਲ ਹੁੰਦੀ ਹੈ ਮੈਂ ਮੈਂ ਇਸ ਗੱਲ ਨੂੰ ਕੋਈ ਝਠਲਾ ਨਹੀਂ ਰਿਹਾ ਹੁੰਦਾ ਕੀ ਹੈ ਸਮ ਟਾਈਮ ਹੁਣ ਮੈਂ ਤੁਹਾਨੂੰ ਮੇਜਰ ਗੱਲ ਦੱਸਦਾ ਜੀ ਠੀਕ ਹੈ ਜੀ ਮੇਜਰ ਬੈਂਕਾਂ ਦੇ ਨਾਲ ਇਹਨਾਂ ਸੀਆਈਬੀਸੀ ਆਰਬੀਸੀ ਜੀ ਬੈਂਕ ਆ ਮਾਨਟ੍ਰਾ ਠੀਕ ਹੈ ਜੀ ਇਹ ਮੇਜਰ ਬੈਂਕਸ ਨੇ ਜਿਹੜੀਆਂ ਬ੍ਰੋਕਰ ਨਾਲ ਡੀਲ ਹੀ ਨਹੀਂ ਕਰਦੀਆਂ ਹਮ ਓਕੇ ਮੈਂ ਕਿਦਾਂ ਤੁਹਾਨੂੰ ਕਮਿਟ ਕਰ ਦਾਂਗਾ ਵੀ ਭਾਈ ਮੈਂ ਆਰਬੀਸੀ ਤੋਂ ਤੁਹਾਡੀ ਡੀਲ ਕਰਵਾ ਦਿੰਨਾ ਦੈਟਸ ਰਾਈ ਨਹੀਂ ਨਹੀਂ ਇਹਦਾ ਮਤਲਬ ਮੈਂ ਗੱਪ ਮਾਰ ਰਿਹਾ ਜਿਹੜੇ ਬੰਦੇ ਨੂੰ ਇਹ ਹੀ ਨਹੀਂ ਪਤਾ ਵੀ ਆਰਬੀਸੀ ਇੱਕ ਬ੍ਰੋਕਰ ਨਾਲਲੇ ਏਜੰਟ ਨਾਲ ਡੀਲ ਹੀ ਨਹੀਂ ਕਰਦੇ ਉਹਨਾਂ ਦੇ ਆਪਣੇ ਬੰਦੇ ਰੱਖੇ ਹੋਏ ਨੇ ਕੰਮ ਕਰਨ ਵਾਲੇ ਸਾਡੇ ਸਿਸਟਮ ਦੇ ਵਿੱਚ ਹੈ ਹੀ ਨਹੀਂ ਇਹ ਬੈਂਕਸ ਦੈਟਸ ਰਾਈ ਦੂਸਰੀਆਂ ਬੈਂਕ ਸਾਡੇ ਕੋਲ ਨੇ ओके okay. ठीक okay. है इस चीज तो भी ਤੁਹਾਨੂੰ ਪਤਾ ਲੱਗ ਸਕਦਾ ਜਦੋਂ ਬੰਦੇ ਨੂੰ ਤੁਹਾਨੂੰ ਪੁੱਛਦੇ ਹੋ ਨਾ ਕਿ ਕਿਹੜੀ ਬੈਂਕਾਂ ਨਾਲ ਤੁਸੀਂ ਡੀਲ ਕਰਦੇ ਹੋ ਚਲੋ ਬੰਦਾ ਇਹਨਾਂ ਬੈਂਕਾਂ ਦਾ ਨਾਮ ਲੈਣ ਲੱਗ ਜਾਣਾ ਵਿੱਚ ਤੁਹਾਨੂੰ ਉਦੋਂ ਹੀ ਪਤਾ ਲੱਗ ਜਾਣਾ ਵੀ ਯਾਰ ਇਹ ਬੰਦਾ ਮੇਰੇ ਕੋਲ ਗਾਫੀ ਛੱਡੀ ਜਾਂਦਾ ओके ਉਹ ਡਿਫਰੈਂਟ ਸਟੋਰੀ ਹੈ ਜੀ ਉਹ ਬੰਦਾ ਆਰਬੀਸੀ ਲਈ ਸੀਆਈਬੀਸੀ ਲਈ ਜਾਂ ਬੈਂਕ ਆ ਮੌਨਟਰੀਅਲ ਲਈ ਡਾਇਰੈਕਟਲੀ ਕੰਮ ਕਰਦਾ ਇੰਡੀਪੈਂਡੈਂਟ ਬ੍ਰੋਕਰ ਆ ਫਿਰ ਗੱਲ ਤੇ ਆ ओके ਪਰਖਣਾ ਤੁਸੀਂ ਮੈਂ ਪਹਿਲਾਂ ਵੀ ਜ਼ੋਰ ਲਾ ਲਾ ਕੇ ਤੱਕ ਗਿਆ ਇਹ ਪਰਖਣਾ ਤੁਸੀਂ ਜਿਹੜੇ ਬੰਦੇ ਕੋ ਕੰਮ ਕਰਾਉਣਾ ਉਹ ਬੰਦਾ ਸਹੀ ਆ ਕਿ ਗਲਤ ਆ ਕਿੰਨੀ ਇਕਵਿਟੀ ਜੇ ਲੈਟਸ ਸੇ ਕੇ ਇਸ ਕੋ 1 ਮਿਲੀਅਨ ਡਾਲਰ ਦਾ ਘਰ ਹੈ ਜੀ ਉਹ ਕੋ 5 ਲੱਖ ਦੀ ਇਸ ਟਾਈਮ ਮਾਰਗੇਜ ਹੈਗੀ ਜੀ ਉਹਨੂੰ ਕਿੰਨੇ ਕੁ ਪੈਸੇ ਹੋਰ ਐਕਸਟਰਾ ਮਿਲ ਸਕਦਾ 2.5 ਲੱਖ ਜੇ ਕੋ 10 ਲੱਖ ਦਾ ਘਰ ਆ 5 ਲੱਖ ਦੀ ਮਾਰਗੇਜ ਆ 25% ਬੈਂਕ ਨੇ ਘਰ ਦੇ ਵਿੱਚ ਇਕਵਿਟੀ ਰੱਖਣੀ ਆ 5 ਲੱਖ ਤੇ 2.5 ਲੱਖ ਹੋ ਗਿਆ 7.5 ਲੱਖ ਵਿੱਚੇ ਬਜੇ 2.5 ਲੱਖ ਉਹ ਤੁਹਾਡੀ ਜੇਬ ਦੇ ਵਿੱਚ ਇਕੋ ਹੀ ਮਾਰਗੇਜ ਹੋਏਗੀ ਕੋਈ ਸੈਕੰਡ ਮਾਰਗੇਜ ਇਕੋ ਹੀ ਮਾਰਗੇਜ ਹੋਏਗੀ ਜਿਹੜੇ ਬੰਦੇ ਹਾਂਜੀ ਉਹ ਡਿਪੈਂਡ ਆ ਤੁਹਾਡੇ ਤੇ ਓਕੇ ਹੁਣ ਸੈਕੰਡ ਮਾਰਗੇਜ ਕਿਦੇ ਲਈ ਕੰਮ ਕਰਦੀ ਆ ਹੁਣ ਤੁਹਾਡੀ ਇੱਕ ਮੇਜਰ ਬੈਂਕ ਦੇ ਨਾਲ ਮਾਰਗੇਜ ਆ ਤੁਹਾਡਾ ਰੇਟ ਵੀ ਬਿਲਕੁਲ ਗ੍ਰੇਟ ਹੈ ਜੀ ਤਾਂ ਚਾਹੀਦਾ ਸਿਰਫ 50000 ਡਾਲਰ ਆ ਜੇ ਮੈਂ ਕਹਾਂ ਲਿਆਓ ਭਾਜੀ ਤੁਹਾਡੀ 5 ਲੱਖ ਦੀ ਮਾਰਗੇਜ ਆ ਇਹਨੂੰ ਕਰਕੇ ਆਪਾਂ 5.5 ਦੀ ਕਰ ਦਿੰਨੇ ਆ ਉਹ ਤਾਂ ਭਾਜੀ ਫਾਇਦਾ ਹੀ ਕੋਈ ਨਹੀਂ ਫਾਇਦਾ ਕੋਈ ਨਹੀਂ 3 ਮਹੀਨੇ ਦੀ ਬੈਂਕ ਨੇ ਪੈਨਲਟੀ ਪਾ ਦੇਣੀ ਆ ਉਤੋਂ ਤੁਹਾਨੂੰ ਲਾਇਰ ਦਾ ਖਰਚਾ ਵੀ ਖੜਾ ਠੀਕ ਹੈ ਜੀ ਫਿਰ ਉਹ ਜਿਹੜਾ ਬ੍ਰੋਕਰ ਬੈਠਾ ਉਹ ਵੀ ਕੋਈ ਨਾ ਕੋਈ ਟੀਕਾ ਭਰ ਕੇ ਬੈਠਾ ਵੀ ਯਾਰ ਥੋੜੇ ਬਹੁਤ ਭਾਜੀ ਸ਼ਾਬਾਸ਼ ਯਾਰ ਵੈਸੇ ਚਾਹੀਦਾ ਨਾ ਉਹਦੇ ਵਾਸਤੇ ਜੇ ਤੁਹ ਟੱਚ ਨਹੀਂ ਹੋਏਗੀ ਪਹਿਲੀ ਮਾਰਗੇਟ ਟੱਚ ਨਹੀਂ ਹੋਏਗੀ ਓਕੇ 500 ਡਾਲਰ ਤੁਹਾਡੀ ਪਰ ਮਨთ ਪੇਮੈਂਟ ਬਣਨੀ ਆ ਤੁਸੀਂ ਲੈ ਜਾਓ ਜਦੋਂ ਮਰਜੀ ਲੈ ਜਾਓ ਓਕੇ ਔਰ ਮੈਂ ਪਿਛਲੀ ਵਾਰ ਇਹ ਦੱਸਿਆ ਸੀ ਤੁਸੀਂ ਕੈਨੇਡਾ ਜਿੱਥੇ ਵੀ ਰਹਿੰਦੇ ਹੋ ਸੈਲਫ ਇੰਪਲੋਇਡ ਹੋ ਹੁਣ ਧਿਆਨ ਨਾਲ ਮੇਰੀ ਗੱਲ ਸੁਣ ਲਿਓ ਕੈਨੇਡਾ ਜਿੱਥੇ ਵੀ ਤੁਸੀਂ ਰਹਿੰਦੇ ਹੋ ਸੈਲਫ ਇੰਪਲੋਇਡ ਹੋ ਹੁਣੇ ਹੀ ਕਰ ਲਿਆ 5% ਦਿੱਤਾ 10% ਦਿੱਤਾ ਡਾਊਨ ਪੇਮੈਂਟ ਕੋਈ ਫਰਕ ਨਹੀਂ ਪੈਂਦਾ ਕਰ ਦੇ ਵਿੱਚ ਇਕੁਇਟੀ ਹੈ ਕੋਈ ਫਰਕ ਹੈ ਕਿ ਨਹੀਂ ਹੈ ਕੋਈ ਫਰਕ ਨਹੀਂ ਪੈਂਦਾ ਓਕੇ ਚਾਹੇ ਘਰ ਤੁਹਾਡਾ ਤੁਸੀਂ ਕਹਿ ਰਹੇ ਹੋ ਵੀ 5 ਲੱਖ ਦਾ ਮੌਰਗੇਜ 6 ਲੱਖ ਦੀ ਹੈ ਮੈਨੂੰ ਉਹਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਆਪ ਟੂ 35000 ਡਾਲਰ ਦੇ ਰਹੇ ਆ 11 ਸਾਲਾਂ ਦੀ ਟਰਮ ਕਰਕੇ ਦਵਾਂਗਾ ਪ੍ਰਿੰਸੀਪਲ ਇੰਟਰਸਟ ਹੋ ਤੁਸੀਂ ਹੌਲੀ ਹੌਲੀ ਦੋਨੇ ਇਕੱਠੇ ਹੀ ਪੇ ਕਰਨੇ ਨੇ ਹੌਣ 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 ਜੀ ਕਿਸੇ ਵਿਅਕਤੀ ਨੇ ਨਵਾ ਕਰ ਲਿਆ ਜੀ 5% ਡਾਊਨ ਦਿੱਤੀ ਜੀ ਬਿਲਕੁਲ 50000 ਡਾਊਨ ਹੋਇਆ ਬਿਲਕੁਲ ਜੀ ਠੀਕ ਹੈ 5 ਲੱਖ ਦਾ ਵੈਸੇ ਘਰ ਆਉਂਦਾ ਨਹੀਂ ਵੈਸੇ ਚਲੋ ਆਪਾਂ ਦੇਖ ਲੈਂਦੇ ਤੇ 사데 차ਰ ਦੀ ਮੌਜੂਦ ਜੀ ਬਿਲਕੁਲ ਜੀ ਉਹਨਾਂ ਨੂੰ 35000 ਚਾਹੀਦਾ ਬਿਲਕੁਲ ਜੀ ਤੁਸੀਂ ਨਹੀਂ ਚੈੱਕ ਕਰੋਗੇ ਨਹੀਂ ਜੀ ਵੀ ਕਿੰਨੀ ਹੈ ਚੈੱਕ ਹੋ ਟੀ ਹੈ ਨਹੀਂ ਜੀ ਘਰ ਕਿੰਨੇ ਦਾ ਨਹੀਂ ਜੀ ਕੋਈ ਕ੍ਰੈਡਿਟ ਚੈੱਕ ਹੋਏਗਾ ਕ੍ਰੈਡਿਟ ਚੈੱਕ ਹੋਏਗਾ ਜੀ ਓਕੇ ਬਿਲਕੁਲ ਕ੍ਰੈਡਿਟ ਚੈੱਕ ਹੋਏਗਾ ਔਰ ਉਹਨੂੰ ਟਰਮ ਲੋਨ ਬਣਾ ਕੇ ਦਵਾਗਾ ਇਹ ਨਹੀਂ ਹੈ ਵੀ ਕੱਲਾ ਵਿਆਜ ਹੀ ਲਈ ਜਾਣਾ ਉਹਦੇ ਕੋਲ ਅੱਛਾ ਉਹ 50000 ਜਿਹੜਾ ਦੇਣਾ ਸੀਗਾ 35000 35000 ਦੇਣਾ ਉਹ 11 ਸਾਲਾਂ ਚ ਵੰਡ ਦੇਣਾ ਅੱਛਾ 11 ਸਾਲਾਂ ਦੀ ਪੇਮੈਂਟ ਬਣ ਜਾਣੀ ਆ ਉਹ ਪੇਮੈਂਟ ਹੀ ਬਣ ਜਾਣੀ ਆ 11 ਸਾਲਾਂ ਚ ਆਪਣੇ ਆਪ ਆਟੋਮੈਟਿਕਲੀ ਖਤ ਕੁਛ ਨਹੀਂ ਚਾਹੀਦਾ ਮੈਨੂੰ ਆਪਣੇ 17 ਦੇ 18 ਦੇ ਦੋ ਨੋਟਿਸ ਅਸੈਸਮੈਂਟ ਦੇ ਦਿਓ ਕੋਈ ਨਹੀਂ ਮੈਨੂੰ ਚਾਹੀਦਾ ਕਿੱਥੇ ਕੰਮ ਕਰਦੇ ਹੋ ਕੋਈ ਲੋੜ ਨਹੀਂ ਮੈਨੂੰ ਦੱਸਣ ਦੀ ਸਿਰਫ ਦੋ ਨੋਟਿਸ ਅਸੈਸਮੈਂਟ ਦੇ ਦਿਓ 17 ਦੇ 18 ਦੇ ਕਿੰਨੀ ਹੋ ਤੇ ਇਨਕਮ ਭਰੀ ਆ ਕੋਈ ਫਰਕ ਨਹੀਂ ਪੈਂਦਾ 10000 ਭਰੀ 15 ਭਰੀ 20 ਭਰੀ 30 ਭਰੀ ਕੋਈ ਫਰਕ ਨਹੀਂ ਪੈਂਦਾ ਔਰ ਬੜੀ ਮਿਨੀਮਮ ਜੀ ਲਾਹਰ ਦੀ ਕਾਸਟ ਆ ਔਰ ਬੋਰਿੰਗ ਬਹੁਤ ਸਸਤੀ ਆ ਔਰ ਤੁਸੀਂ ਇਹਨੂੰ ਦੇਖੋ ਸਮ ਟਾਈਮ ਹੁੰਦਾ ਕਿ ਸਾਲ ਬਾਅਦ ਫੇਰ ਤਲਵਾਰ ਲਟਕ ਜਾਂਦੀ ਸਿਰ ਦੇ ਉੱਤੇ ਪਾਜੀ ਪਾਜੀ ਮੋੜੋ ਸਾਡੇ ਸੈਕਿੰਡ ਮਾਰਗੀ ਲਈ ਇੱਕ ਸਾਲ ਹੀ ਲੈਂਦੇ ਹਾਂ ਜੀ ਇੱਕ ਸਾਲ ਹੀ ਲੈਂਦੇ ਨੇ ਇਹ ਤੁਹਾਨੂੰ ਕੋਈ ਵਰੀਡ ਕਰਨ ਦੀ ਲੋੜ ਨਹੀਂ ਹੈ ਔਰ ਬਾਕੀ ਇਹ ਚ ਦੇਖੋ ਤੁਹਾਡੇ ਘਰ ਚ ਤਾਂ ਇਕੁਇਟੀ ਨਹੀਂ ਹੈ ਫਿਰ ਵੀ ਤੁਹਾਨੂੰ 35000 ਡਾਲਰ ਮਿਲ ਲਿਆ ਔਰ ਪੂਰੇ ਕੈਨੇਡਾ ਜਿੱਥੇ ਤੱਕ ਤੁਸੀਂ ਮੈਨੂੰ ਦੇਖ ਰਹੇ ਹੋ ਜਿੱਥੇ ਤੱਕ ਮੇਰੀ ਆਵਾਜ਼ ਜਾ ਰਹੀ ਹੈ ਡੈਫੀਨਿਟਲੀ ਤੁਸੀਂ ਇਸ ਪ੍ਰੋਗਰਾਮ ਦਾ ਵਿਲਾਹਾ ਲੈ ਸਕਦੇ ਹੋ ਹੁਣ ਕੀ ਹੈ ਕਿ ਕਿਸੇ ਨੇ ਕਰ ਲਿਆ ਜੀ ਕਰਨਾਮਾ ਬੋਕ ਰਾਇਆ ਸੀ ਜੀ ਕਿਸੇ ਕਾਰਨ ਕਰਕੇ ਪਿਛਲੇ ਵਾਰੀ ਤੁਹਾਨੂੰ ਕਹਤਾ ਸਾਲ ਕ ਪਹਿਲਾਂ ਮੌਰਗੇਜ ਦਾ ਸਿਸਟਮ ਚੇਂਜ ਹੋਇਆ ਜੀ ਤੇ ਅਪ੍ਰੀਜ਼ਲ ਘਟ ਆਉਣੇ ਸ਼ੁਰੂ ਹੋ ਗਏ ਜੀ ਉਹਨਾਂ ਲੋਕਾਂ ਦੀ ਹੁਣ ਕਲੋਜ਼ਿੰਗ ਹੈ ਜੀ ਤੇ ਕਲੋਜ਼ਿੰਗ ਵੇਲੇ ਬੈਲਟਰ ਕਹਿੰਦਾ ਕਿ ਸੰਤਾ ਪੈਸੇ ਹੋਰ ਚਾਹੀਦੇ ਬਿਲਕੁਲ ਜੀ ਤੇ ਜੇ ਉਹਨਾਂ ਨੂੰ ਐਮਰਜੈਂਸੀ ਫੰਡ ਚਾਹੀਦੇ ਜੀ ਬਿਲਕੁਲ ਕੀ ਤੁਸੀਂ ਉਹ ਵੀ ਰੇਂਜ ਕਰਾ ਕੇ ਦੇ ਸਕਦੇ ਬਿਲਕੁਲ ਬੋਸ ਸਬ ਜਿੰਨੀ ਬੈਂਕ ਨੂੰ ਡਾਊਨ ਪੇਮੈਂਟ ਚਾਹੀਦੀ ਹੈ ਸਪੋਜ਼ ਬੈਂਕ ਨੇ ਕਿਹਾ ਸਾਨੂੰ 20% ਡਾਊਨ ਪੇਮੈਂਟ ਚਾਹੀਦੀ ਆ ਠੀਕ ਹੈ ਜੀ ਪਰ ਤੁਹਾਡੇ ਕੋਲ ਸਿਰਫ 10 ਸੀਗੀ ਤੁਸੀਂ 10 ਦੇ ਹਿਸਾਬ ਨਾਲ ਕਰਵਾਇਆ ਸੀ ਕਰ ਬੋਸ ਇਹੀ ਤੁਹਾਡਾ ਸਵਾਲ ਹੈ ਠੀਕ ਹੈ ਉਹ ਬਾਕੀ ਵੀ 10% ਦਾ ਇੰਤਜ਼ਾਮ ਹੋ ਜਾਏਗਾ ਉਸੇ ਕਰਦੇ ਉੱਤੇ ਹੋ ਜਾਏਗਾ ਹਾਂਜੀ ਬਹੁਤ ਸਾਰੀਆਂ ਮੇਜਰ ਬੈਂਕਸ ਨੇ ਉਹ ਕਹਿੰਦੇ 10% ਤੁਸੀਂ ਲਿਓ 10 ਅਸੀਂ ਲਾ ਦਨੇ ਆ ਟੋਟਲ 20% ਕਰਕੇ ਤੁਸੀਂ ਆਪਣੀ ਮਾਰਗੇਜ ਜੜੀ ਉਹ ਕਰਵਾ ਲਓ ਠੀਕ ਹੈ ਫੰਡ ਦੀ ਕੋਈ ਪ੍ਰੋਬਲਮ ਨਹੀਂ ਐਜ਼ ਲੌਂਗ ਮੈਂ ਮੈਂ ਹਮੇਸ਼ਾ ਕਹਿਣਾ ਹੁੰਨਾ ਮੇਰੇ ਕੋਲ ਡੈੱਡ ਠੀਕ ਹੈ ਨਹੀਂ ਜਾਦੂਗਰ ਨਹੀਂ ਮੈਂ ਹੈ ਪਰ ਥੋੜੇ ਬਹੁਤ ਤਾਂ ਸਾਥ ਚੱਲਦੇ ਹੋਣਗੇ ਮਰੀਜ਼ ਦੇ ਉਹ ਲਿਓ ਮੈਂ ਬਚਾਲਾਂਗਾ ਓਕੇ ਠੀਕ ਹੈ ਜੇ ਤੁਸੀਂ ਜਮਾਂ ਹੀ ਕਹੋਗੇ ਭਾਜੀ ਵੀ ਮੇਰਾ ਬੈਂਕਰਪਸੀ ਆ ਮੇਰਾ ਪ੍ਰਪੋਜ਼ਲ ਕੀਤਾ ਹੋਇਆ 5% ਡਾਊਨ ਪੇਮੈਂਟ ਹੈ ਭਾਜੀ ਘਰ ਵੀ 10 ਲੱਖ ਦਾ ਕੰਮ ਵੀ ਅਸੀਂ ਕੈਸ਼ ਤੇ ਕਰਦੇ ਆ ਉਹ ਤਾਂ ਐਵੀ ਟੇਬਲ ਦੇ ਉੱਤੇ ਹੱਥ ਮਾਰ ਕੇ ਜਿੰਨ ਮਰਜ਼ੀ ਕਹਦੇ ਆਣਾ ਭਾਜੀ ਆਹ ਲਓ ਲਿਓ ਭਾਜੀ 5000 ਨਾਲ ਪਹਿਲਾਂ ਫਰੰਟ ਲਿਓ ਕਰਦੇ ਆਂਗੇ ਕੰਮ ਓਕੇ ਪਰ ਹੁਣਾ ਨਹੀਂ ਓਕੇ ਪਰ ਹਮੇਸ਼ਾ ਗੱਲ ਮੇਰੀ ਯਾਦ ਰੱਖਿਆ ਕਰੋ ਐਗਜ਼ਿਟ ਪਲਾਨ ਹੋਣਾ ਬੌਪਸਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਸੇ ਵੀ ਜਦੋਂ ਬਾਹਰ ਨਿਕਲਣਾ ਮੈਂ ਹਮੇਸ਼ਾ ਕਹਿੰਦਾ ਜਦੋਂ ਕਿਸੇ ਬਿਲਡਿੰਗ ਚ ਵੜੀ ਹੈ ਨਾ ਸਭ ਤੋਂ ਪਹਿਲਾਂ ਦੇਖ ਲੋ ਅਮਰਜੰਸੀ ਐਗਜ਼ਿਟ ਕਿੱਧਰ ਦੀ ਏਦਾਂ ਨੂੰ ਭਜਾਣਾ ਠੀਕ ਹੈ ਜੀ ਜੇ ਕਿਤੇ ਅਮਰਜੰਸੀ ਪੈ ਜਾ ਕਿਤੇ ਅਮਰਜੰਸੀ ਪੈ ਜਾ ਮਾਰਗੇਜ ਕਰਾਉਣ ਵਾਲੇ ਨੇ ਭਾਈ ਤੁਹਾਡੀ ਕਰਾ ਦੇਣੀ ਆ 10 ਲੱਖ ਉਹਨੂੰ ਪੇਡ ਆਫ ਕਿਦਾਂ ਕਰਨਾ ਮਹਾਰਾਜ ਇੱਕ ਬੂਟ ਦਾ ਤਸਮਾ ਖੁੱਲਾ ਹੋਵੇ ਨਾ ਬਾਪੂ ਸਾਹਿਬ ਤਾਂ 5 ਸਕਿੰਟ ਤਰਨ ਚੱਲਣਾ ਮੁਸ਼ਕਲ ਹੋ ਜਾਂਦਾ ਇੱਥੇ 5 ਲੱਖ ਦਾ ਲੋਨ ਲੈ ਕੇ ਚੱਲਣਾ ਤੁਸੀਂ 10 ਲੱਖ ਠੀਕ ਹੈ ਇਹ ਸਿਕਿਉਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਵੀ ਗੱਲਾਂ ਆਪਾਂ ਕਰਾਂਗੇ ਅੱਗੇ ਜਾ ਕੇ ਕਿ ਜਦੋਂ ਬੰ ਬਹੁਤ سارے ਲੋਕਾਂ ਦੀਆਂ ਟਰੱਕ ਕੰਪਨੀਆਂ ਸਥਾਪ ਹੋ ਗਈਆਂ ਠੀਕ ਹੈ ਬਟ ਟਰੱਕ ਉਹਨਾਂ ਕੋ 30 40 50 ਖੜੇ ਨੇ ਉਹ ਪੇਡ ਨੇ ਜੀ ਬਟ ਉਹਨਾਂ ਨੂੰ ਕੰਪਨੀ ਆਪਣੀ ਚਲਾਉਣ ਵਾਸਤੇ ਪੈਸੇ ਚਾਹੀਦੇ ਨੇ ਜੀ ਬਿਲਕੁਲ ਤੇ ਉਹਨਾਂ ਨੂੰ ਉਹਨਾਂ ਲੋਕਾਂ ਦੀ ਫਿਰ ਤੁਸੀਂ ਰਾਈਟਵੇ ਕਿਦਾਂ ਮਤ ਕਰਦੇ ਹੋ ਬਿਲਕੁਲ ਬਾਬਾ ਸ ਮੈਂ ਪਹਿਲਾਂ ਵੀ ਦੱਸਿਆ ਸੀ ਜਿਨ੍ਹਾਂ ਦੇ ਟਰੱਕ ਪੇਡ ਆਫ ਹੋ ਗਏ ਨੇ ਉਹ ਆਪਣੇ ਟਰੱਕ ਨੂੰ ਵੀ ਦੁਬਾਰਾ ਰੀਫਾਈਨਾਂਸ ਕਰਵਾ ਸਕਦੇ ਨੇ ਔਰ ਜੇ ਲੱਗਦਾ ਉਹਨਾਂ ਨੂੰ ਕਿ ਕੰਮ ਦੁਬਾਰਾ ਨੋਰਮਲ ਨਹੀਂ ਆਉਣੇ ਸਾਡੇ ਜਿੱਥੇ ਸਾਡੇ 50 ਟਰੱਕਾਂ ਦੀ ਲੋਡ ਸੀ ਹੁਣ ਸਿਰਫ 25 ਦੀ ਰਹਿ ਗਈ ਤੁਸੀਂ ਉਹਦੇ ਵਿੱਚੋਂ 2-4 ਵੇਚ ਵੀ ਸਕਦੇ ਬੇਚ ਸਕਦੇ ਠੀਕ ਹੈ ਨਹੀਂ ਟਰੱਕ ਤਾਂ ਇੱਕ ਐਸਾ ਕਿ ਉਹ ਨਾ ਮਾਰਕੀਟ ਵਿੱਚ ਆਲਵੇਜ਼ ਅਵੇਲੇਬਲ ਹੈ ਥਸ ਯਾ ਪਲਾਨਿੰਗ ਤੁਹਾਡੀ ਸੋਲਿਡ ਹੋਣੀ ਚਾਹੀਦੀ ਆ ਜਿਹੜੇ ਵੀ ਤੁਸੀਂ ਬੰਦੇ ਨਾਲ ਡੀਲ ਕਰਦੇ ਹੋ ਠੀਕ ਹੈ ਨਹੀਂ ਉਹ ਬੰਦੇ ਨੂੰ ਕੰਮ ਯਾ ਬਾਪ ਸਾਹਿਬ ਦਸ ਰਾਏ ਜੇ ਤੁਹਾਡਾ ਕੰਮ ਹੈਗਾ ਤਾਂ ਹੀ ਆ ਪਿਆਦਾ ਹਾਂ ਬਿਲਕੁਲ ਔਰ ਮੈਂ ਮੈਂ ਝੂਠ ਨਹੀਂ ਬੋਲਦਾ ਮਾਮੇ ਦਾ ਮੁੰਡਾ ਤੁਹਾਨੂੰ ਮੈਂ ਦੱਸਦਾ ਸਗੇ ਮੇਰੇ ਮਾਮੇ ਦਾ ਮੁੰਡਾ ਇਹਦੀ ਮੈਨੂੰ ਫੋਨ ਆਉਂਦਾ ਜੀ ਵੀ ਮੈਂ ਸਾਈਕਲ ਲੱਗਾ ਇੱਥੋਂ ਬਾਈ ਕਰਨ ਕਿਤੇ ਉਹਨੇ ਸਾਈਕਲ ਬਾਈ ਕੀਤਾ ਤੇ ਕਹਿੰਦਾ ਉਹ ਨਾ ਜੋੜਨ ਦੇ ਮੇਰੇ ਕੋਲੋਂ ਮੰਗਦਾ ਇੱਥੇ ਦੂਸਰਾ ਹਾਂ 80 ਡਾਲਰ ਮੰਗਦਾ ਹਾਂ ਇੰਸਟਾਲ ਕਰਨ ਦਾ ਹਾਂ ਇੰਸਟਾਲ ਕਰਨ ਦੇ ਤੇ ਮੈਂ ਦੇ ਚਾਰਜ ਫੋਰ ਦਾ ਹਾਂ ਇੰਜੀਨੀਅਰ ਮੁੰਡਾ ਹਾਂ ਕਹਿੰਦਾ ਵੀ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਮੈਂ ਲੈ ਲਮਾ ਇਦਾਂ ਤੋ ਮੈਂ ਕਹਿੰਦਾ ਲੈਲਾ ਤੂੰ ਇੰਜੀਨੀਅਰ ਮੈਨੂੰ ਕਿਉਂ ਪੁੱਛਦਾ ਤੂੰ ਘਰੇ ਲਿਆ ਕੇ ਜੋੜ ਲੈ ਅਸੀਂ ਬਚਾਲਾ ਆਪੇ ਜੋੜ ਲੈ ਲਓ ਜੀ ਉਹ ਮੇਰੇ ਖਲ 4 ਕ 5 ਦਿਨ ਬਾਬ ਸਾਹਿਬ ਲਗਾ ਰਿਹਾ ਗਰਾਜ ਦੇ ਵਿੱਚ ਠੀਕ ਹੈ 5ਵੇਂ ਦਿਨ ਮੈਂ ਜਾ ਕੇ ਦੇਖਿਆ ਤੇ ਇੱਕ ਟਾਇਰ ਉਹਦਾ ਇੱਥੇ ਪਿਆ ਗਰਾਰੀ ਉਹਦੀ ਉੱਥੇ ਪਈ ਉਹਨੂੰ ਮੈਨੂਅਲ ਪੜ੍ਹ ਕੇ ਵੀ ਸਮਝ ਨਾ ਲੱਗੇ ਵੀ ਜੋੜਨਾ ਕਿਦਾਂ ਇਹਨੂੰ ਪੇਪਰ ਮੋਰੇ ਰੱਖਿਆ ਵੀ ਹੁਣ ਆ ਪੇਪਰ ਮੋਰੇ ਰੱਖਿਆ ਐਂਡ ਤੇ ਜਦੋਂ ਉਹਨੂੰ ਜੋੜ ਲਿਆ ਭਾਜੀ 3-4 ਬੋਲਟਾਂ ਦੇ ਵਿੱਚ ਬਾਹਰ ਹੀ ਤੁਰੇ ਫਿਰ ਮੈਨੂੰ ਪੁੱਛਿਆ ਮੈਂ ਕਿਹਾ ਇਹ ਕਾਦੇ ਉਹ ਕਹਿੰਦਾ ਐਕਸਟਰਾ ਹੀ ਦੇ ਦ ਇਹਨਾਂ ਦਾ ਕੋਈ ਐਡਾ ਕੋਈ ਬੈਨੀਫਿਟ ਨਹੀਂ ਹੁੰਦਾ ਮੈਂ ਕਹਾ ਭਰਾ ਮੇਰੇ ਲੱਤਾਂ ਨਾ ਛਲਾ ਲਈ ਗੋਡੇ ਨਾ ਛਲਾ ਲਈ ਇੱਕ ਵਾਰੀ ਲੈ ਜਾ ਸਟੋਰ 'ਚ ਜਦੋਂ ਸਟੋਰ 'ਚ ਵਾਪਸ ਲੈ ਕੇ ਗਿਆ ਉਹਨਾਂ ਨੇ 200 ਡਾਲਰ ਲਿਆ ਕਹਿੰਦੇ ਜੋੜੇ ਗਲਤ ਆ ਕਹਿੰਦੇ 80 ਹੀ ਲੈਣੇ ਹੋਣਾ 200 ਲੈਣਾ ਆ 200 ਲੈਣਾ ਪਹਿਲਾਂ ਤੁਸੀਂ ਸਾਈਕਲ ਜੋੜੇ ਗਲਤ ਹੂੰ ਉਹਨੂੰ ਪਹਿਲਾਂ ਖੋਲਿਆ ਫੇਰ ਦੁਬਾਰਾ ਅਸੈਂਬਲ ਕੀਤਾ ਉਦੋਂ 80 ਦੁਖਦੇ ਸਾਨੂੰ ਹੂੰ ਪਰ ਹਮੇਸ਼ਾ ਮੈਂ ਕਹਿੰਦਾ ਹਰੇਕ ਬੰਦਾ ਹਰੇਕ ਕੰਮ ਦਾ ਕਾਰੀਗਰ ਨਹੀਂ ਹੋ ਸਕਦਾ ਨਹੀਂ ਹੁੰਦਾ ਸਹੀ ਗੱਲ ਆ ਜਿਹੜਾ ਕੰਮ ਤੁਹਾਡਾ 80 'ਚ ਹੁੰਦਾ ਸੀ ਤੁਸੀਂ ਮੁੜ ਕੇ 200 ਦੇ ਵਿੱਚ ਕਰਵਾਇ ਠੀਕ ਹੈ ਮੇਰੀ ਗੱਲ ਦਾ ਚਾਰ ਦਿਨ ਬਾਈਕ ਵੀ ਨਹੀਂ ਚਲਾਇਆ ਚਾਰ ਦਿਨ ਬਾਈਕ ਨਹੀਂ ਚਲਾਇਆ ਪਰ ਦੇਖੋ ਮੇਰੀ ਗੱਲਾਂ ਕੋਈ ਗੁੱਸਾ ਕਰਨ ਵਾਲੀਆਂ ਨਹੀਂ ਹੈਗੀਆਂ ਮੈਨੂੰ ਸਿਰਫ ਸਮਝਾਉਣ ਦਾ ਮਕਸਦ ਇਹੀ ਹੈ ਕਿ ਕੰਮ ਮੇਰ ਤੋਂ ਨਾ ਕਰਾਓ ਉਸ ਬੰਦੇ ਤੋਂ ਕਰਾਓ ਜਿਹਨੂੰ ਕੰਮ ਦਾ ਪਤਾ ਇਹ ਨਾ ਹੋਵੇ ਨੀਮ ਹਕੀਮ ਖਤਰਾ ਆਏ ਜਾਣ ਮੈਂ ਹਮੇਸ਼ਾ ਕਹਿੰਦਾ ਉਹਨਾਂ ਜਿਹੜੀ ਘੱਟ ਨੌਲੇਜ ਆ ਨਾ ਨੌਲੇਜ ਨਾ ਹੋਣ ਨਾਲ ਉਹ ਬਹੁਤ ਜ਼ਿਆਦਾ ਖਤਰਨਾਕ ਹੈ ਬਾਪੂ ਸਾਹਿਬ ਦੈਟਸ ਰਾਈਟ ਇੱਕ ਤਾਂ ਬੰਦੇ ਨੂੰ ਪਤਾ ਹੀ ਨਹੀਂ ਨਾ ਕੁਝ ਵੀ ਹੈ ਕਿ ਇਹਦਾ ਚੱਲਦਾ ਕੀ ਪਾ ਉਹਨੂੰ ਸਾਫ਼ ਮਨਾ ਕਰ ਦੇਣਾ ਹੁਣ ਜਿਹੜੇ ਬੰਦੇ ਨੂੰ ਅਧ ਪਚਦੀ ਨੌਲੇਜ ਹੈ ਇਹ ਭਾਈ ਮੇਰਾ ਤਾਂ ਸਿਰ ਦੁਖਦਾ ਉਹ ਯਾਰ ਲੈ ਚੱਕ 10 ਨਾਲ ਤੇਜ ਪੱਤੀ ਵਾਲੀ ਚਾਹ ਉਹ ਯਾਰ ਦੇਖ ਤੋ ਲੋ ਬੰਦੇ ਦਾ ਸਿਰ ਦੁਖਦਾ ਕਿਉਂ ਹੋ ਸਕਦਾ ਕੋਈ ਵੱਡੀ ਬਿਮਾਰੀ ਹੋਵੇ ਠੀਕ ਹੈ ਉਹਨੂੰ ਇਲਾਜ ਸਹੀ ਦੱਸਣਾ ਚਾਹੀਦਾ ਔਰ ਤੁਸੀਂ ਜਾਣਾ ਵੀ ਡਾਕਟਰ ਦੇ ਕੋਲ ਹੀ ਆਸ ਸਹੀ ਡਾਕਟਰ ਦੇ ਕੋਲ ਜਾਓ ਫੈਮਿਲੀ ਡਾਕਟਰ ਕੋਲ ਜਾਓ ਮੋਰਗੇਜ ਦਾ ਕੰਮ ਹੈ ਪਹਿਲਾਂ ਏਟਲੀਸ ਇਹੀ ਦੇਖ ਲਓ ਬੰਦਾ ਯਾਰ ਜਿੱਥੇ ਬੈਠਾ ਸ਼ਾਪ ਆਰਾਊਂਡ ਕਰ ਲਓ ਸ਼ਾਪ ਆਰਾਊਂਡ ਕਰ ਲਓ ਸੈਕੰਡ ਪੀਨੀਅਨ ਮੇਸ਼ਨ ਲੈਣਾ ਚਾਹੀਦਾ ਅੱਧੀ ਤੁਹਾਡੀ ਗੁੱਥੀ ਉਦੋਂ ਹੀ ਸੁਲਝ ਜਾਂਦੀ ਹੈ ਜਦੋਂ ਤੁਸੀਂ ਕੰਮ ਕਰਵਾਉਣ ਲਈ ਕਿਸੇ ਅਧਾਰੇ ਦੇ ਵਿੱਚ ਜਾਂ ਕਿਸੇ ਬਿਜ਼ਨਸ ਦੇ ਉੱਤੇ ਜਾਂਦੇ ਹੋ ਜੋ ਜਾ ਕੇ ਮਿਲਦੇ ਹੋ ਜਾ ਕੇ ਮਿਲਦੇ ਹੋ ਕਿੱਥੇ ਬੰਦਾ ਬੈਠਾ ਕਿੰਨੀ ਦੇਰ ਤੋਂ ਕੰਮ ਕਰਦਾ ਕੀ ਉਹਦਾ ਐਟਮੋਸਫੇਅਰ ਆ ਕਿੰਨੇ ਬੰਦੇ ਉਹਦੇ ਲਈ ਕੰਮ ਕਰ ਰਹੇ ਨੇ ਇਹ 10 ਮਿੰਟ ਤੁਹਾਨੂੰ ਉਹਦੇ ਪਤਾ ਲੱਗ ਜਾਏਗਾ ਬੰਦੇ ਨੇ ਤੁਹਾਡਾ ਕੰਮ ਕਰਾ ਕੇ ਦੇਣਾ ਕਿ ਨਹੀਂ ਕਰਾ ਕੇ ਦੇਣਾ ਮੈਂ ਮੁਰਕੇ ਆ ਸਕਦਾ ਕਿ ਨਹੀਂ ਆ ਸਕਦਾ ਹਾਂ ਮੈਂ ਇਹ ਨਹੀਂ ਕਹਿ ਰਿਹਾ ਟਿਮ ਆਡਨ ਦੇ ਬੈਠਣ ਵਾਲੇ ਮਾੜੇ ਨੇ ਜਿਹੜਾ ਬੰਦਾ ਤੁਹਾਨੂੰ ਕਹਿ ਰਿਹਾ ਟਿਮ ਆਡਨ ਦੇ ਆਜੋ ਬਾਹਰ ਰੈਸਟੋਰੈਂਟ ਦੇ ਉੱਤੇ ਆਜੋ ਤੋਰੇ ਫੇਰੇ ਵਾਲਾ ਕੰਮ ਦਾ ਬਾਬਾ ਜੀ ਫਿਰ ਤੋਰੇ ਫੇਰੇ ਵਾਲਾ ਹੀ ਆ ਠੀਕ ਹੈ ਨਹੀਂ ਇੱਕ ਸੋਲਿਡ ਅੱਡਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਬੰਦੇ ਕੋ ਕੰਮ ਕਰਵਾ ਰਹੇ ਹੋ ਕੱਲ ਨੂੰ ਬੰਦਾ ਦੌੜ ਗਿਆ ਫੜੋਗੇ ਕਿ ਮੰਦਾ ਲੱਭਣਾ ਨਹੀਂ ਮੁੜ ਕੇ ਮੰਦਾ ਲੱਭਣਾ ਹੀ ਨਹੀਂ ਮੁੜ ਕੇ ਅਗਲੇ ਨੇ 11500 ਤੁਹਾਡੇ ਕੋਲੋਂ ਲਿਆ 11500 ਹੋਰ ਦਸਾਂ ਬੰਦਿਆਂ ਤੋਂ ਲਿਆ ਅਗਲਾ ਆਪਣਾ 10000 ਕਰਕੇ ਸਾਈਡ ਤੇ ਲੱਭੀ ਜਾਓ ਮੁੜ ਕੇ ਨਹੀਂ ਲੱਭਦੇ ਚੰਦਾ ਤੁਸੀਂ ਉਦਾਂ ਨਹੀਂ ਕਿਹਦੇ ਚ ਪੇੜ ਮਾਰ ਸਕਦੇ ਹੁਣ ਇਹਨਾਂ ਦਿਨਾਂ ਦੇ ਵਿੱਚ ਕੀ ਹੈ ਕਿ ਲੋਕਾਂ ਨੂੰ ਬੜੀ ਮੁਸ਼ਕਲ ਇਹ ਆਉਂਦੀ ਹੈ ਕਿ ਆਫਿਸ ਬੈਕ ਵੀ ਆ ਨਹੀਂ ਸਕਦਾ ਜੀ ਇਹ ਐਪਲੀਕੇਸ਼ਨ ਦਾ ਪ੍ਰੋਸੈਸ ਵੀ ਕਿੱਦਾਂ ਕਰਦੇ? ਬਾਬਾ ਸਾਹਿਬ ਬਿਲਕੁਲ ਆਫਿਸ ਆ ਸਕਦੇ ਹੋ। ਅਸੀਂ ਵੀ ਜਿਹੜਾ ਸੋਸ਼ਲ ਡਿਸਟੈਂਸ ਹੈਗਾ ਉਹਨੂੰ ਮੇਨਟੇਨ ਕਰਕੇ ਰੱਖਿਆ ਆ ਆਫਿਸ ਬਿਲਕੁਲ। ਤੁਸੀਂ ਜੀ ਸੱਦ ਕੇ ਆਓ। ਬਾਬਾ ਸਾਡੇ ਕੋ ਡਿਸਟੈਂਸ ਬਣਾਇਆ ਹੋਇਆ ਪੂਰਾ ਅਸੀਂ ਆਪਣੇ ਡਾਕੂਮੈਂਟ ਲੈ ਕੇ ਆਓ। ਕੋਈ ਅਜਾਤ ਘਤਣੀ ਨਹੀਂ। ਸੈਨੀਟਾਈਜ਼ ਅਸੀਂ ਕਰਵਾਈ ਦੇ ਹੱਥ ਵੀ ਆਪਣੇ ਵੀ ਕਰੀ ਦੇ ਕੋਸ਼ਿਸ਼ ਕਰੀਦੀ ਆ। ਭੀ ਜਿੰਨੀ ਕੀ ਸੇਫਟੀ ਵਰਤ ਸਕੀ ਵਰਤੀ ਆ। ਅੱਜ ਵੀ ਮੇਰੀਆਂ ਦੋ ਅਪਾਇੰਟਮੈਂਟ ਸੀਗੀਆਂ ਮੈਂ ਮਿਲ ਕੇ ਆਇਆ। ਠੀਕ ਹੈ ਜੀ। ਕੰਮ ਤਾਂ ਕਰਨਾ ਹੀ ਆ ਬਾਬਾ ਸਾਹਿਬ। ਜੀ। ਮੈਂ ਹਮੇਸ਼ਾ ਕਹਣਾ ਹੁਣਾ ਦੁਕਾਨ ਖੋਲਣੀ ਬੜੀ ਸੌਖੀ ਆ ਪਰ ਦੁਕਾਨ ਨੂੰ ਖੁੱਲੇ ਰੱਖਣਾ ਬਹੁਤ ਔਖਾ ਬਾਬ ਸਾਹਿਬ ਇਹਦੇ ਜਿਹੜਾ ਰੋਜ਼ਮਰਰਾ ਦੇ ਖਰਚੇ ਨੇ ਕੋਈ ਕੰਮ ਕਰਨਾ ਸਟਾਰਟ ਕਰਨਾ ਬੜਾ ਸੌਖਾ ਹੋ ਜਾਂਦਾ ਹੁਣ ਜਿਹੜੇ ਬੰਦੇ ਦੇ ਸਿਰ ਦੇ ਉੱਤੇ ਬਣੀ ਆ ਨਾ ਵਾਪਸ ਸਾਹਿਬ ਸੱਚੀ ਲਗਾ ਦੱਸਣ ਉਹਨੂੰ ਕੋਵਿਡ-19 ਦਾ ਐਡਾ ਕੋਈ ਡਰ ਨਹੀਂ ਹੋਇਆ ਕਹਿੰਦਾ ਯਾਰ ਕੰਮ ਤੇ ਚੱਲੀਏ ਕੰਮ ਤੇ ਚੱਲੀਏ ਨਹੀਂ ਤਾਂ ਕੰਮ ਆਪਣਾ ਖੜ ਜਾਣਾ ਖੜ ਜਾਣਾ ਦਿਹਾੜੀ ਲੱਗਣੀ ਚਾਹੀਦੀ ਦਿਹਾੜੀ ਲੱਗਣੀ ਚਾਹੀਦੀ ਆ ਅੱਜ ਹੈ ਹੀ ਇੰਦਾ ਔਰ ਜਿਹੜਾ ਬੰਦਿਆਂ ਦਾ ਕੰਮ ਫਸਿਆ ਹੋਇਆ ਉਹਨਾਂ ਨੂੰ ਵੀ ਕੋਵਿਡ-19 ਕੁਛ ਨਹੀਂ ਜਿਹੜੇ ਬੰਦੇ ਨੂੰ 50000 ਡਾਲਰ ਵਾਪਸ ਬ੍ਰਾਈਟਵੇ ਚਾਹੀਦਾ ਜਿਹਦੇ ਸਿਰ ਤੇ ਕ੍ਰੈਡਿਟਰ ਨੇ ਤਲਵਾਰ ਸਿੱਟੀ ਹੋਈ ਉਹ ਕਿੱਥੇ ਕੋਵਿਡ-19 ਦੇ ਇਹਦਾ ਉਹ ਤਾਂ ਕਹਿੰਦਾ ਪਰਮਜੀਤ ਮਿਲਣਾ ਆਦਾ ਕਹਿੰਦਾ ਜੋ ਮਰਜੀ ਹੈ ਪੈਸੇ ਚਾਹੀਦੇ ਪੈਸੇ ਚਾਹੀਦੇ ਆ ਅੱਜ ਬਚਣਾ ਚਾਹੀਦਾ ਅੱਜ ਬਚਣਾ ਚਾਹੀਦਾ ਇਸੇ ਕਰਕੇ ਮੈਂ ਕਹਿਣਾ ਹੁੰਦਾ ਕਿ ਅਸੀਂ ਡਿਸਟੈਂਸ ਪੂਰਾ ਰੱਖਦੇ ਪਰ ਜੀ ਸਤਿਕਾਰ ਤੁਸੀਂ ਆਫਿਸ ਆਓ 9 ਤੋਂ 6 ਮਰ ਆਫਿਸ ਹੀ ਹੁੰਦਾ ਜਦੋਂ ਮਰਜੀ ਤੁਸੀਂ ਆ ਜਾਓ ਪਰ ਮੈਨੂੰ ਫੋਨ ਕਰ ਲਿਓ ਇੱਕ ਵਾਰੀ ਜੀ ਇੱਕ ਸਵਾਲ ਹੈ ਕਿ ਹੋ ਸਕਦਾ ਜਿਹੜੇ ਹਾਲਾਤ ਨੇ ਜੀ ਕੁਝ ਲੋਕਾਂ ਨੂੰ ਆਉਣ ਐ ਦਿਨ ਇਨਕਮ ਦੀ ਪ੍ਰੋਬਲਮ ਆ ਤੇ ਘਰਾਂ ਦੇ ਖਰਚੇ ਬੜੇ ਨੇ ਜੀ ਅਗਰ ਕਿਸੇ ਵਿਅਕਤੀ ਨੂੰ ਫੋਰ ਕਲੋజర్ ਜਾਂ ਪਾਵਰ ਆਫ ਸੇਲ ਦਾ ਨੋਟਿਸ ਆ ਜਾਂਦਾ ਜੀ ਉਹ ਬਿਹਾਈਂਡ ਹੋਇਆ ਸਾਰੇ ਪਾਸੇ ਤੇ ਉਸ ਵਿਅਕਤੀ ਨੂੰ ਜਦੋਂ ਨੋਟਿਸ ਆਲਰੇਡੀ ਆਇਆ ਹੋਇਆ ਜੀ ਫਿਰ ਉਹ ਕੀ ਕਰੇ ਦੇਖੋ ਬਾਪੂ ਸਰ ਪਹਿਲੀ ਗੱਲ ਤਾਂ ਇਹ ਨੋਟਿਸ ਆਉਣ ਵਾਲੇ ਹਾਲਾਤ ਹੈ ਹੀ ਨਹੀਂ ਹੂੰ ਠੀਕ ਹੈ ਜੀ ਹਰੇਕ ਜਿਹਦੇ ਬੰਦੇ ਦੀ ਮਾਰਗੇਜ ਹੈ ਬੈਂਕ ਨੇ ਆਪਸ਼ਨ ਦਿੱਤੀ ਸੀ ਭਾਈ ਵੀ 6 ਮਹੀਨੇ ਲੈ ਤੁਸੀਂ ਆਪਣੀ ਮਾਰਗੇਜ ਸਟਾਪ ਕਰਵਾ ਲਓ ਔਰ ਹਰ ਇੱਕ ਬੰਦੇ ਨੂੰ ਜਿਹਨੂੰ ਤਾਂ ਪਤਾ ਸੀ ਵੀ ਮੇਰੀ ਮਾਰਗੇਜ ਛੋਟੀ ਹੈ ਜਾਂ ਜਿਹਦੇ ਕੋਲ ਚਾਰ ਦਾਣੇ ਪਏ ਨੇ ਡਰਮ ਦੇ ਵਿੱਚ ਉਹ ਤਾਂ ਨਹੀਂ ਕਰਵਾਉਂਦਾ ਹੁਣ ਪਰ ਜਿਹਨੂੰ ਪਤਾ ਵੀ ਮੇਰੇ ਇੱਥੇ ਟਾਈਮ ਔਖਾ ਹਰ ਇੱਕ ਬੰਦੇ ਨੇ ਆਪਣੀ ਮਾਰਗੇਜ ਸਟਾਪ ਕਰਵਾ ਲਈ ਜੀ ਆਪਾ ਜੀ ਜੀ ਠੀਕ ਹੈ ਜੀ ਹੁਣ ਪਹਿਲੀ ਗੱਲ ਮਾਰਗੇਜ ਦਾ ਡਿਫਾਲਟ ਹੋਣ ਨਹੀਂ ਲੱਗੀ ਹੁਣ ਗੱਲ ਆ ਜੋ ਟਰੱਕਾਂ ਵਾਲੀ ਸਾਈਡ ਦੇ ਉੱਤੇ ਜਿਹਨੇ ਟਰੱਕ ਛੱਡ ਗਏ ਉਹ ਵੀ ਬੈਂਕਾਂ ਨੇ ਤਿੰਨ ਤਿੰਨ ਮਹੀਨੇ ਲਈ ਉਹਨਾਂ ਦੀਆਂ ਵੀ ਪੇਮੈਂਟਾਂ ਰੋਕ ਦਿੱਤੀਆਂ ਨੇ ਅਗਰ ਫੇਰ ਵੀ ਤੁਸੀਂ ਕਿਸੇ ਪ੍ਰਾਈਵੇਟ ਲੈਂਡਰ ਦੇ ਨਾਲ ਸੀਗੇ ਉਹ ਕਹਿ ਰਿਹਾ ਵੀ ਮੈਂ ਤੁਹਾਡੀ ਪੇਮੈਂਟ ਨਹੀਂ ਰੋਕ ਕਰ ਸਕਦਾ ਸਟਾਪ ਔਰ ਤੁਸੀਂ ਪੇਮੈਂਟ ਕਰ ਨਹੀਂ ਰਹੇ ਔਰ ਤੁਹਾਨੂੰ ਉਹ ਡਿਫਾਲਟ ਦੇ ਵਿੱਚ ਲੈ ਗਿਆ ਕੋਰਟ ਜਦੋਂ ਖੁੱਲਣਗੇ ਜਦੋਂ ਤੁਹਾਨੂੰ ਉਹ ਲੀਗਲ ਪ੍ਰोसीडिंग ਕੀਤੀ ਕਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਉਦੋਂ ਵੀ ਮੈਂ ਬੈਠਾ ਸਾਈਡ ਵਾਈਸ ਸਾਈਡ ਸੇਮ ਡੇ ਵੀ ਫੰਡਿੰਗ ਕਰਨੀ ਭਈ ਕਰ ਦਾਂਗਾ ਹਫਤੇ 'ਚ ਕਰਨੀ ਵੀ ਕਰ ਦਾਂਗਾ ਦੋ ਹਫਤੇ 'ਚ ਕਰਨੀ ਵੀ ਕਰ ਦਾਂਗਾ ਪਰ ਤੁਹਾਡਾ ਘਰ ਨਹੀਂ ਹਿੱਲਣ ਦਿੰਦਾ ਤੇ ਸਰਵ ਸਾਰੇ ਕਰਨਾ ਚਾਹੁੰਦੇ ਆ ਬਿਲਕੁਲ ਵਾਪਸ ਸਾਬ ਟਰੱਕ ਲੋਨ ਦੀ ਸਰਵਿਸ ਸਾਰੇ ਕੈਨੇਡਾ ਦੇ ਵਿੱਚ ਆ ਔਰ ਜਿਹੜਾ ਮੈਂ 35000 ਦਾ ਲੋਨ ਦੱਸਿਆ ਉਹਦੀ ਸਰਵਿਸ ਪੂਰੇ ਕੈਨੇਡਾ ਦੇ ਵਿੱਚ ਆ ਹਾਂ ਜਿਹੜੀ ਮੌਰਗੇਜ ਹੈ ਮੌਰਗੇਜ ਦਾ ਲਾਇਸੈਂਸ ਆ ਸਾਡਾ ਸਿਰਫ ਅਨਟੇਰੀਓ ਦਾ ਹੈਗਾ ਅਨਟੇਰੀਓ ਦੇ ਵਿੱਚ ਵਿੱਚ ਜਿੱਥੇ ਵੀ ਤੁਸੀਂ ਅਨਟੇਰੀਓ ਚ ਮੈਨੂੰ ਦੇਖ ਰਹੇ ਹੋ ਉੱਥੇ ਤੱਕ ਮੇਰੇ ਕੋਲ ਮੌਰਗੇਜ ਕੀਤੀ ਜਾਂਦੀ ਹੈ ਤੁਹਾਨੂੰ ਕਿੱਦਾਂ ਕੰਟੈਕਟ ਕੀਤਾ ਜਾ ਸਕਦਾ ਪਾਪਾ ਸਾਹਿਬ ਫੋਨ ਨੰਬਰ ਮੇਰਾ ਬੜਾ ਸਖਾਲਾ ਜਾਏਗਾ ਸਕਰੀਨ ਤੇ ਚੱਲਦਾ ਵੀ ਪਿਆ ਮੈਨੂੰ ਫੋਨ ਨੰਬਰ ਆ ਤੁਹਾਡਾ ਮੇਰਾ ਚੱਲਦਾ ਈਮੇਲ ਚੱਲਦੀ ਪਈ ਵੈਬਸਾਈਟ ਚੱਲਦੀ ਪਈ ਹੈ ਫੋਨ ਇਜ਼ ਅ ਬੈਸਟ ਮੇਰਾ ਸਿੱਧਾ ਫੋਨ ਹੈ ਆਫਿਸ ਦੀ ਕੋਈ ਨਹੀਂ ਲਾਈਨ ਚੱਲਦੀ ਪਈ ਸਿੱਧਾ ਮੇਰਾ ਸੈੱਲ ਫੋਨ ਚੱਲਦਾ ਮੈਂ ਹਮੇਸ਼ਾ ਕਹਿੰਦਾ ਉਹਨਾਂ ਪੇ ਕੈਨੇਡਾ ਚ ਦੋ ਜੀ ਦਾ 24 ਘੰਟੇ ਖੁੱਲਦੀਆਂ ਜਾਂ ਪਰਮਜੀਤ ਦਾ ਸੈੱਲ ਫੋਨ ਹੈ ਜਾਂ ਟਿਮ ਹੌਟਨ ਦੇਖੋ ਹੱਲੇ ਵੀ ਖੁੱਲੇ ਨੇ ਕੋਈ ਚੱਕਰ ਨਹੀਂ ਹੈ ਰਾਤ ਨੂੰ 10 11 ਵਜੇ ਵੀ ਲੋਡ ਪੈ ਗਈ ਹੈ ਕਿਤੇ ਕਿ ਜਦੋਂ ਮਰਜ਼ੀ ਕਾਲ ਕਰ ਲਿਓ ਹਾਂਜੀ ਜੀ ਸਟੂਡੀਓ ਵਿੱਚ ਆ ਕੇ ਸਾਡੇ ਨਾਲ ਸੰਝ ਪਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਸასი ਸ਼ਕਰ